ਸੁਭਨੀਤ ਮੇਰੇ ਨਾਲ ਬਾਹਰ ਚੱਲੀ, ਮੈਨੂੰ ਤੇਰੇ ਥਾਂ ਹੀ ਕੋਈ ਕੰਮ ਹੈ। ਉਹ ਤੂੰ ਕਿਉਂ ਨੀ ਜਰਦੀ? ਮੇਰੀ ਭੈਣ ਦਾ ਘਰ ਬਸ ਜੇ ਪਵਾੜੇ ਪਾਉਣੀ ਹੈ। ਐ ਨਾ ਦੇਖ ਮੈਨੂੰ, ਸਭ ਤੇਰੇ ਕਰਕੇ ਹੋਇਆ, ਸਭ ਪਤਾ ਮੈਨੂੰ। ਉਹ ਜਿਹੜਾ ਕੁਛ ਕਰਨਾ ਸੀ ਨਾ ਉਹ ਕਰ ਲਿਆ ਤੂੰ, ਪਰ ਹੁਣ ਨਹੀਂ। ਸੁਭਨੀਤ ਤੂੰ ਇਹ ਕਿਉਂ ਨੀ ਸੋਚਦੀ ਵੀ ਤੂੰ ਵੀ ਕਿਸੇ ਦੀ ਨੂੰਹ ਧੀ ਆ? ਜੇ ਤੇਰੇ ਨਾਲ ਏਦਾਂ ਹੋਵੇ, ਤੇਰੀਆਂ ਭਰਜਾਈਆਂ ਤੇਰੀਆਂ ਚੁਗਲੀਆਂ ਕਰਨ, ਫੇਰ ਉਹ ਕੁਛ ਤਾਂ ਸ਼ਰਮ ਕਰ ਲਾ ਜਿਹੜਾ ਤੂੰ ਆਹ ਕੁਛ ਕਰਦੀ ਆ। ਉਹ ਕਿਸੇ ਨੂੰ ਤਾਂ ਬਖਸ਼ ਦੇ, ਨਾਲੇ ਮੇਰੀ ਭੈਣ ਨੇ ਤੇਰਾ ਕੀ ਵਿਗਾੜਿਆ? ਉਹ ਇਹ ਸਭ ਚੀਜ਼ਾਂ ਦਾ ਤੈਨੂੰ ਕਿਵੇਂ ਪਤਾ ਲੱਗੂਗਾ? ਨਾ ਹੀ ਤਾਂ ਮੈਂ ਤੈਨੂੰ ਮਾਰਦਾ ਕੁੱਟਦਾ, ਨਾ ਹੀ ਤੂੰ ਪੇਕੇ ਬੈਠੀ ਆ। ਸੇਕ ਤਾਂ ਤੈਨੂੰ ਤਾਂ ਲੱਗੇ ਜੇ ਇਹ ਸਭ ਕੁਛ ਤੇਰੇ ਨਾਲ ਹੋਵੇ। ਉਹ ਕਮਲੀਏ, ਕਿਸੇ ਦਾ ਘਰ ਪੱਟਣਾ ਨਾ ਬਹੁਤ ਸੌਖਾ ਹੁੰਦਾ, ਪਰ ਕਿਸੇ ਦਾ ਘਰ ਵਸਾਉਣਾ ਨਾ ਬਹੁਤ ਔਖਾ ਹੁੰਦਾ। ਹਾਂਜੀ ਭੈਣ ਜੀ, ਹੁਣ ਦੱਸੋ ਤੁਸੀਂ ਕਿਹੜੀ ਗੱਲ ਕਰਨੀ ਸੀ ਸਾਡੇ ਨਾਲ? ਭੈਣ ਜੀ, ਜਿਹੜੀ ਗੱਲ ਮੈਂ ਕਰਨੀ ਹੈ ਨਾ ਉਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ। ਭੈਣ ਜੀ, ਮੈਂ ਤਾਂ ਐਂ ਕਹਿੰਦੀ ਸੀ ਆਪਾਂ ਇਹਨਾਂ ਬੱਚਿਆਂ ਬਾਰੇ ਸੋਚੀਏ, ਇਹ ਤਾਂ ਨਿਆਣੇ ਨੇ, ਆਪਾਂ ਤਾਂ ਸਿਆਣੇ ਆ। ਭੈਣ ਜੀ, ਗੱਲ ਤਾਂ ਤੁਸੀਂ ਸਹੀ ਕਹਿ ਰਹੇ ਹੋ, ਪਰ ਹੁਣ ਇਹਦੇ 'ਚ ਮੈਂ ਵੀ ਕੀ ਕਰ ਸਕਦੀ ਹਾਂ? ਇਹਨਾਂ ਦੋਨਾਂ ਦੀ ਤਾਂ ਆਪਸ 'ਚ ਬਣਦੀ ਨਹੀਂ। ਭੈਣ ਜੀ, ਜੇ ਤੁਸੀਂ ਚਾਹੋ ਨਾ ਸਭ ਕੁਛ ਠੀਕ ਹੋ ਸਕਦਾ। ਮੈਂ ਕੁਛ ਸਮਝੀ ਨਹੀਂ ਭੈਣ ਜੀ, ਤੁਹਾਡੇ ਕਹਿਣ ਦਾ ਕੀ ਮਤਲਬ ਆ? ਦੇਖੋ ਭੈਣ ਜੀ, ਜੇ ਤੁਸੀਂ ਆਪਣੇ ਪੁੱਤ ਨੂੰ ਸਮਝਾ ਦਿਓ ਨਾ ਤਾਂ ਸਾਰਾ ਹੀ ਕਲੇਸ਼ ਖਤਮ ਹੋ ਜਾਏ। ਨਾ, ਤੁਹਾਨੂੰ ਕੀ ਲੱਗਦਾ ਮੈਂ ਆਪਦੇ ਪੁੱਤ ਨੂੰ ਸਮਝਾਉਂਦੀ ਨਹੀਂ? ਉਹ ਮੈਂ ਵੀ ਆਪਦੇ ਪੁੱਤ ਦਾ ਘਰ ਵਸਿਆ ਹੋਇਆ ਦੇਖਣਾ ਚਾਹੁੰਦੀ ਹਾਂ। ਭੈਣ ਜੀ, ਮੇਰੀ ਗੱਲ ਦਾ ਨਾ ਗੁੱਸਾ ਨਾ ਮੰਨਿਓ, ਪਰ ਤੁਸੀਂ ਹੋਏ ਕਹਿੰਦੇ ਹੋ ਨਾ ਵੀ ਮੇਰਾ ਪੁੱਤ ਸ਼ਰਾਬ ਨਹੀਂ ਛੱਡ ਸਕਦਾ। ਜੇ ਭੈਣ ਜੀ ਤੁਹਾਡੇ ਘਰੋਂ ਸ਼ਰਾਬ ਨਿਕਲ ਜਾਏ ਨਾ, ਨਾ ਤੁਸੀਂ ਸੌਖੇ ਹੋ ਜਾਓ, ਨਾ ਅਸੀਂ ਸੌਖੇ ਹੋ ਜਾਈਏ। ਮਾਸੀ ਜੀ, ਮੰਮੀ ਜੀ ਬਿਲਕੁਲ ਠੀਕ ਕਹਿ ਰਹੇ ਨੇ। ਤੁਸੀਂ ਇਹਨਾਂ ਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ, ਇਹਨਾਂ ਦੀ ਹਰ ਜਿੱਦ ਪੁਕਾਈ ਹੈ, ਕੀ ਇਹ ਤੁਹਾਡੀ ਇੱਕ ਛੋਟੀ ਜਿਹੀ ਗੱਲ ਨਹੀਂ ਮੰਨ ਸਕਦੇ? ਭੈਣ ਜੀ, ਜੇ ਤੁਸੀਂ ਆਪਦੀ ਨੂੰਹ ਨੂੰ ਲੈ ਕੇ ਜਾਣਾ ਨਾ, ਆਪਦੇ ਪੁੱਤ ਨੂੰ ਸ਼ਰਾਬ ਛੱਡ ਦੇ, ਸ਼ਰਾਬ ਦੇ ਵਿੱਚ ਕੁਛ ਨਹੀਂ ਰੱਖਿਆ। ਔਖੇ ਤਾਂ ਤੁਸੀਂ ਵੀ ਹੁੰਦੇ ਹੋਵੋਗੇ, ਤੁਹਾਡੇ ਕਿਹੜਾ ਕੰਮ ਹੁੰਦਾ? ਜੇਕਰ ਨੂੰਹ ਹੋਊ ਪੂਰਾ ਸੁੱਖ ਤਾਂ ਮਿਲੂਗਾ ਤੁਹਾਨੂੰ। ਵੈਸੇ ਗੱਲ ਤਾਂ ਭੈਣ ਜੀ ਠੀਕ ਕਹਿ ਰਹੇ ਨੇ, ਮੈਂ ਕਿਹੜਾ ਇਹਦੇ ਹੁੰਦਿਆਂ ਕਦੇ ਕੋਈ ਘਰ ਦਾ ਕੰਮ ਕੀਤਾ ਸੀ? ਪਤਾ ਨਹੀਂ ਮੇਰਾ ਵੀ ਕੀ ਦਿਮਾਗ ਫਿਰ ਗਿਆ ਸੀ ਜਿਹੜਾ ਮੈਂ ਇਹਨੂੰ ਇੱਥੇ ਆਉਂਦੀ ਨੂੰ ਰੋਕਿਆ ਹੀ ਨਹੀਂ। ਭੈਣ ਜੀ, ਕੀ ਸੋਚਣ ਲੱਗ ਗਏ? ਕੁਛ ਤਾਂ ਬੋਲੋ, ਮੇਰਾ ਤਾਂ ਇਹਨਾਂ ਕਹਿੰਦੀ ਦੇਖ ਦੇ ਕੇ ਸੁੱਖ ਚੈਨ ਉੱਡਿਆ ਪਿਆ। ਮੈਂ ਕੀ ਬੋਲਾਂ ਭੈਣ ਜੀ, ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਸੀ। ਉਹ ਮੈਨੂੰ ਤਾਂ ਆਪਦੀ ਧੀ ਵਰਗੀ ਨੂੰਹ ਦਾ ਸਾਥ ਦੇਣਾ ਚਾਹੀਦਾ ਸੀ, ਪਰ ਮੈਂ ਆਪਦੇ ਸ਼ਰਾਬੀ ਪੁੱਤ ਦਾ ਸਾਥ ਦਿੱਤਾ। ਪੁੱਤ, ਮੈਨੂੰ ਨਾ ਮੇਰੀਆਂ ਗਲਤੀਆਂ ਲਈ ਮਾਫ ਕਰ ਦੇ, ਮੈਂ ਤੇਰੇ ਤੋਂ ਮਾਫੀ ਮੰਗਦੀ ਹਾਂ। ਮਾਸੀ ਜੀ, ਤੁਸੀਂ ਮਾਫੀ ਮੰਗ ਕੇ ਨਾ ਸਾਨੂੰ ਸ਼ਰਮਿੰਦਾ ਨਾ ਕਰੋ, ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਸਾਡੇ ਵਾਸਤੇ ਤਾਂ ਇੰਨਾ ਹੀ ਕਾਫੀ ਹੈ। ਜੇ ਮੰਮੀ ਦੇ ਕਹਿਣ ਤੇ ਸ਼ਰਾਬ ਛੱਡ ਦੇਣ ਨਾ ਤਾਂ ਮੈਂ ਵੀ ਖੁਸ਼ੀ ਖੁਸ਼ੀ ਆਪਣੇ ਘਰੇ ਚਲੀ ਜਾਵਾਂ ਇਹਨਾਂ ਨਾਲ। ਹਾਂ ਬਈ ਪ੍ਰਾਹੁਣਿਆ, ਅਸੀਂ ਹੁਣ ਤੈਥੋਂ ਵੀ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਸਾਡੇ ਸਾਰਿਆਂ ਦੀ ਗੱਲਾਂ ਤੋਂ ਸਹਿਮਤ ਹੈ ਕਿ ਨਹੀਂ।
ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਸ਼ਰਾਬ ਛੱਡ ਸਕਦੇ ਹੋ ਜਾਂ ਨਹੀਂ। ਉਹ ਬਾਈ ਜੀ ਮੰਨ ਜੋ ਤੁਸੀਂ ਸ਼ਰਾਬ 'ਚ ਕੁਛ ਨਹੀਂ ਰੱਖਿਆ, ਸੋ ਰੋ ਕੇ ਲਾਉਂਦੀ ਆ, ਇਹ ਜ਼ਿੰਦਗੀ ਬਰਬਾਦ ਕਰ ਦਿੰਦੀ ਆ। ਹੁਣ ਤੁਸੀਂ ਉਹ ਦੇਖ ਲਓ, ਇੱਕ ਸ਼ਰਾਬ ਕਾਰਨ ਤੁਹਾਡਾ ਘਰ ਟੁੱਟਣ ਦੀ ਕਗਾਰ 'ਤੇ ਆ। ਪੁੱਤ ਮੇਰੇ ਵੱਲ ਘੂਰ ਕੇ ਕੀ ਦੇਖਦਾ, ਛੱਡ ਦੇ ਇਹ ਚੰਦਰੀ ਸ਼ਰਾਬ ਨੂੰ, ਇਹਨੇ ਤੈਨੂੰ ਕੁਛ ਨਹੀਂ ਦੇਣਾ। ਪੁੱਤ ਸਾਰੇ ਜਾਣੇ ਠੀਕ ਹੀ ਤਾਂ ਕਹਿ ਰਹੇ ਨੇ, ਮੰਨ ਲਾ ਗੱਲ। ਸਾਰੇ ਪੁੱਤ ਹੁਣ ਤੂੰ ਸਾਨੂੰ ਨਿਰਾਸ਼ ਨਾ ਕਰੀ, ਮੰਨ ਲੈ ਸਾਡੀ ਗੱਲ। ਪ੍ਰਾਹੁਣਿਆ ਤੂੰ ਮੇਰੇ ਛੋਟੇ ਭਾਈ ਵਰਗਾ, ਮੈਂ ਤੇਰੇ ਮੂਹਰੇ ਹੱਥ ਬੰਨਦਾ। ਨਾ ਤਾਂ ਤੂੰ ਆਪਣੀ ਜ਼ਿੰਦਗੀ ਖਰਾਬ ਕਰ, ਨਾ ਮੇਰੀ ਭੈਣ ਦੀ। ਮੰਨ ਜਾ ਗੱਲ, ਛੱਡ ਦੇ ਸ਼ਰਾਬ। ਪੁੱਤ ਸੁਰਿੰਦਰ ਨਾ ਜੋ ਵੀ ਕਹਿ ਰਿਹਾ ਸਹੀ ਕਹਿ ਰਿਹਾ, ਜੇ ਤੂੰ ਇਹਦੀ ਗੱਲ ਮੰਨਣੇ ਨਾ, ਆਪਣਾ ਘਰ ਸਵਰਗ ਬਣ ਜੇ ਤੇ ਖੁਸ਼ੀਆਂ ਹੀ ਖੁਸ਼ੀਆਂ ਆ ਜਾਣ। ਚੰਗਾ ਮੰਮੀ, ਮੈਂ ਸਹੁੰ ਖਾਂਦਾ, ਮੈਂ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ, ਪਰ ਮੇਰੀ ਵੀ ਇੱਕ ਸ਼ਰਤ ਹੈ। ਹਾਂ ਹਾਂ ਪ੍ਰਾਹੁਣਿਆ, ਦੱਸ ਕੀ ਸ਼ਰਤ ਹੈ ਤੇਰੀ? ਤੁਸੀਂ ਆਪਣੀ ਭੈਣ ਨੂੰ ਸਮਝਾ ਲਓ ਵੀ ਮੇਰੇ ਮੂਹਰੇ ਬੋਲਿਆ ਨਾ ਕਰੇ ਇਹ। ਭੈਣੇ ਤੂੰ ਇੱਧਰ ਆ। ਦੇਖ ਭੈਣੇ, ਹੁਣ ਤੇਰੇ ਕਰਕੇ ਨਾ ਸਾਨੂੰ ਕੋਈ ਉਲਾਂਭਾ ਨਹੀਂ ਆਉਣਾ ਚਾਹੀਦਾ। ਸਹੀ ਕਹਿੰਦਾ ਭੈਣੇ ਵੀਰਾ, ਤੇਰੇ ਕਰਕੇ ਸਾਡਾ ਸਿਰ ਵੀ ਨਹੀਂ ਝੁਕਣਾ ਚਾਹੀਦਾ। ਨਹੀਂ ਵੀਰੇ, ਤੁਸੀਂ ਬੇਫਿਕਰ ਰਹੋ, ਮੈਂ ਇਹਨਾਂ ਦੇ ਮੂਹਰੇ ਕਦੇ ਨਹੀਂ ਬੋਲੂੰਗੀ ਤੇ ਮੇਰੇ ਵੱਲੋਂ ਤੁਹਾਨੂੰ ਕਦੇ ਵੀ ਕੋਈ ਉਲਾਂਭਾ ਨਹੀਂ ਆਊਗਾ। ਨਾਲੇ ਉਸ ਦਿਨ ਤਾਂ ਵੀਰੇ ਮੈਂ ਤੋਂ ਗੁੱਸੇ 'ਚ ਵੱਧ ਘੱਟ ਬੋਲਿਆ ਗਿਆ, ਹੁਣ ਨਹੀਂ ਮੈਂ ਇੱਦਾਂ ਕਰੂੰਗੀ। ਪੁੱਤ ਹੁਣ ਤੂੰ ਬੇਫਿਕਰ ਰਹਿ, ਮੇਰੀ ਧੀ ਉੱਥੇ ਨਾ ਸਿਆਣੀ ਬਣ ਕੇ ਰਹੂਗੀ ਹੁਣ। ਹਾਂਜੀ ਵੀਰ ਜੀ, ਉਹ ਸਿਆਣੀ ਤਾਂ ਇਹ ਪਹਿਲਾਂ ਹੀ ਸੀ, ਪਰ ਕਈ ਗੱਲਾਂ ਨਾ ਜਾਣੇ ਅਣਜਾਣੇ 'ਚ ਕਹੀਆਂ ਜਾਂਦੀਆਂ ਨੇ। ਪਰ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੀ ਭੈਣ ਖੁਸ਼ੀ ਖੁਸ਼ੀ ਆਪਣੇ ਘਰ ਜਾਊਗੀ। ਭਾਬੀ ਮੈਨੂੰ ਮਾਣ ਆ ਤੁਹਾਡੇ 'ਤੇ ਅਤੇ ਵੀਰੇ 'ਤੇ, ਤੁਸੀਂ ਮੇਰਾ ਘਰ ਵਸਾਉਣ ਲਈ ਨਾ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਆ ਅਤੇ ਮੇਰੇ ਔਖੇ ਸਮੇਂ 'ਚ ਤੁਸੀਂ ਮੇਰਾ ਪੂਰਾ ਸਾਥ ਦਿੱਤਾ। ਤੇਰੇ ਨਾਲ ਇੱਦਾਂ ਹੋਵੇ, ਤੇਰੀਆਂ ਭਰਜਾਈਆਂ ਤੇਰੀਆਂ ਚੁਗਲੀਆਂ ਕਰਨ, ਫਿਰ ਇਹ ਸਭ ਚੀਜ਼ਾਂ ਦਾ ਤੈਨੂੰ ਕਿਵੇਂ ਪਤਾ ਲੱਗੂਗਾ? ਸੇਕ ਤਾਂ ਤੈਨੂੰ ਤਾਂ ਲੱਗੇ ਜੇ ਇਹ ਸਭ ਕੁਝ ਤੇਰੇ ਨਾਲ ਹੋਵੇ। ਸਹੀ ਕਹਿੰਦੇ ਹੋ ਤੁਸੀਂ, ਜੇ ਮੇਰੀਆਂ ਭਰਜਾਈਆਂ ਨਾ ਮੇਰੇ ਨਾਲ ਆਇੰਗ ਕਰਨ ਤਾਂ ਮੇਰਾ ਕੀ ਹਾਲ ਹੋਵੇ। ਮੈਨੂੰ ਨਾ ਇਹ ਸਮਝ ਨਹੀਂ ਆਉਂਦੀ ਵੀ ਮੈਂ ਇੰਨੀ ਸੈਲਫਿਸ਼ ਕਿਵੇਂ ਹੋ ਗਈ, ਮੇਰੇ ਤੋਂ ਐਡੀ ਵੱਡੀ ਗਲਤੀ ਕਿਵੇਂ ਹੋ ਗਈ। ਮੈਂ ਕਿਸੇ ਦਾ ਹੱਸਦਾ ਵੱਸਦਾ ਘਰ ਪੱਟਣਾ ਚਾਹੁੰਦੀ ਸੀ, ਇਹ ਤਾਂ ਬਹੁਤ ਵੱਡਾ ਪਾਪ ਆ ਜੋ ਮੈਂ ਕੀਤਾ, ਤੇ ਇਹਦੀ ਸਜ਼ਾ ਮੈਨੂੰ ਜ਼ਰੂਰ ਮਿਲੂਗੀ। ਹੁਣ ਨਾ ਮੈਂ ਸਾਰਿਆਂ ਤੋਂ ਮਾਫ਼ੀ ਮੰਗੂੰਗੀ, ਸਭ ਤੋਂ ਪਹਿਲਾਂ ਮੈਂ ਦੀਦੀ ਤੋਂ ਮਾਫ਼ੀ ਮੰਗੂੰਗੀ, ਹੋ ਸਕਦਾ ਉਹ ਮੈਨੂੰ ਮਾਫ਼ ਕਰ ਦੇਣ। ਪੁੱਤ ਹੁਣ ਨਾ ਤੂੰ ਆਪਦਾ ਸਮਾਨ ਲਿਆ ਤੇ ਆਪਾਂ ਆਪਦੇ ਘਰ ਚੱਲੀਏ। ਨਾ ਐਂ ਕਿਵੇਂ ਚਲੇ ਜਾਊਂਗੇ ਮਾਸੀ ਜੀ, ਅਸੀਂ ਤਾਂ ਤੁਹਾਨੂੰ ਰੋਟੀ ਖਵਾ ਕੇ ਭੇਜਾਂਗੇ। ਹਾਂਜੀ ਮਾਸੀ ਜੀ,
ਸਾਰਾ ਕੁਛ ਤਿਆਰ ਆ, ਸਾਰੀਆਂ ਸਬਜ਼ੀਆਂ ਮੈਂ ਆਪਣੇ ਹੱਥ ਨਾਲ ਬਣਾਈਆਂ ਨੇ, ਤੁਸੀਂ ਰੋਟੀ ਖਾ ਕੇ ਜਾਇਓ। ਓਹੋ, ਕਿੱਥੋਂ ਆ ਗਈ ਇਹ? ਇਹ ਨਾ ਆਪਦੀਆਂ ਹਰਕਤਾਂ ਤੋਂ ਬਾਜ ਆਉਂਦੀ। ਕਿਤੇ ਬਣੀ ਬਣਾਈ ਗੱਲ ਨਾ ਖਰਾਬ ਕਰਦੇ ਇਹ, ਕਿਤੇ ਕੋਈ ਹੋਰ ਇਹ ਨਵਾਂ ਪਵਾੜਾ ਪਵਾ ਦੇ। ਹੈ ਤਾਂ ਮੇਰੀ ਭਾਣ ਜੀ, ਪਰ ਇਹਨੇ ਨਾ ਮੇਰੇ ਪੁੱਤ ਦਾ ਘਰ ਅਜਾੜਨ 'ਚ ਕੋਈ ਕਸਰ ਨਹੀਂ ਛੱਡੀ, ਹੁਣ ਨਾ ਇਹ ਕੋਈ ਨਵਾਂ ਪਵਾੜਾ ਪਾ ਦੇਵੇ। ਨਾ ਤੁਸੀਂ ਸਾਰੇ ਮੈਨੂੰ ਆਏ ਦੇਖ ਕੇ ਡਰ ਕਿਉਂ ਗਏ? ਚੁੱਪ ਕਿਉਂ ਹੋ ਗਏ ਸਾਰੇ ਜਾਣੇ? ਹੁਣ ਨਾ ਮੈਂ ਸੁਧਰ ਚੁੱਕੀ ਹਾਂ, ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਜੋ ਵੀ ਆਪਦੀ ਨਣਦ ਨਾਲ ਕੀਤਾ ਨਾ, ਉਹ ਬਹੁਤ ਗਲਤ ਕੀਤਾ। ਭੈਣੇ, ਤੂੰ ਵੀ ਨਾ ਹੁਣ ਮੈਨੂੰ ਮਾਫ ਕਰ ਦੇ, ਮੈਂ ਤੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ। ਤੇਰੇ ਘਰੇ ਜੋ ਵੀ ਕਲੇਸ਼ ਹੋਇਆ ਨਾ, ਉਹ ਮੇਰੇ ਕਰਕੇ ਹੋਇਆ। ਮੈਂ ਹੀ ਮਾਸੀ ਜੀ ਨੂੰ ਫੋਨ ਕਰਕੇ ਨਾ ਸਾਰੀਆਂ ਗੱਲਾਂ ਦੱਸਦੀ ਸੀ, ਪਰ ਹੁਣ ਨਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਮੈਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਪਲੀਜ਼ ਮੈਨੂੰ ਮਾਫ ਕਰ ਦੇ। ਭਾਬੀ, ਤੁਸੀਂ ਮਾਫ਼ੀ ਨਾ ਮੰਗੋ, ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ, ਮੇਰੇ ਲਈ ਇੰਨਾ ਹੀ ਬਹੁਤ ਆ। ਨਾਲੇ ਭਾਬੀ, ਮੈਂ ਖੁਸ਼ੀ ਖੁਸ਼ੀ ਆਪਣੇ ਘਰ ਜਾ ਰਹੀ ਹਾਂ। ਮੈਂ ਨਾ ਆਪਣੇ ਮਨ 'ਚ ਕਿਸੇ ਪ੍ਰਤੀ ਕੋਈ ਮਲਾਲ ਨਹੀਂ ਲੈ ਕੇ ਜਾਣਾ ਚਾਹੁੰਦੀ, ਅਤੇ ਤੁਹਾਡੇ ਤੋਂ ਮੈਨੂੰ ਕੋਈ ਗਿਲਾ ਨਹੀਂ। ਸ਼ੁਕਰਾ ਪਰਮਾਤਮਾ ਦਾ, ਜਿਹੜੀ ਇਹ ਸੁਧਰ ਗਈ, ਮੇਰੀ ਵੀ ਜਾਨ ਸੌਖੀ ਹੋ ਗਈ। ਚੰਗਾ ਧੀਏ, ਰਾਜੀ ਖੁਸ਼ੀ ਆਪਣੇ ਘਰ ਜਾ, ਆਪਣੀ ਸੱਸ ਦਾ ਤੇ ਆਪਣੇ ਘਰ ਵਾਲੇ ਦਾ ਕਹਿਣਾ ਮੰਨੀ। ਨਾਲੇ ਨਾ ਪੁੱਤ, ਗਲਤੀਆਂ ਬੰਦਿਆਂ ਤੋਂ ਹੁੰਦੀਆਂ, ਕੋਈ ਦਿਲ 'ਚ ਨਾ ਮੈਲ ਨਾ ਰੱਖੀ। ਨਹੀਂ ਮੰਮੀ, ਮੈਂ ਤਾਂ ਇਹਨਾਂ ਨੂੰ ਦਿਲੋਂ ਮਾਫ਼ ਕਰਤਾ, ਨਾਲੇ ਮੇਰੀ ਦੁਨੀਆ ਤਾਂ ਇਹੀ ਨੇ। ਸਹੀ ਕਹਿੰਦੀ ਆ ਭੈਣੇ, ਤੇਰਾ ਅਸਲੀ ਘਰ ਉਹੀ ਆ, ਤੂੰ ਖੁਸ਼ੀ ਖੁਸ਼ੀ ਜਾ, ਕਦੇ ਵੀ ਦੁਖੀ ਨਾ ਹੋਈ। ਨਹੀਂ ਭਾਬੀ, ਉਹ ਮੈਂ ਕਿਉਂ ਦੁਖੀ ਹੋਣਾ? ਨਾਲੇ ਇੰਨੇ ਚੰਗੇ ਭਰਾ ਭਰਜਾਈ ਰੱਬ ਨੇ ਮੈਨੂੰ ਦਿੱਤੇ ਨੇ, ਜਿਹੜੇ ਮੇਰਾ ਇੰਨਾ ਫਿਕਰ ਕਰਦੇ ਨੇ। ਹੈ ਕਮਲੀ ਨਾ ਹੋਵੇ, ਅਸੀਂ ਤੇਰਾ ਫਿਕਰ ਨਹੀਂ ਕਰਾਂਗੇ ਤਾਂ ਹੋਰ ਕਿਹਦਾ ਕਰਾਂਗੇ? ਭਾਬੀ, ਇੱਕ ਗੱਲ ਕਹਾਂ, ਤੂੰ ਨਾ ਸੱਚੀ ਬਹੁਤ ਚੰਗੀ ਆ, ਤੇਰੇ ਵਰਗੀ ਭਰਜਾਈ ਤਾਂ ਰੱਬ ਹਰ ਕਿਸੇ ਨੂੰ ਦੇਵੇ। ਰਾਜਵੀਰ, ਤੂੰ ਆਪ ਚੰਗੀ ਆ ਨਾ, ਤਾਂ ਹੀ ਤਾਂ ਤੈਨੂੰ ਮੈਂ ਚੰਗੀ ਲੱਗਦੀ ਹਾਂ। ਨਹੀਂ ਭਾਬੀ, ਤੂੰ ਮੈਨੂੰ ਬਹੁਤ ਹੌਸਲਾ ਦਿੰਦੀ ਰਹੀ ਆ, ਤੂੰ ਮੇਰਾ ਬਹੁਤ ਖਿਆਲ ਰੱਖਿਆ। ਨਾਲੇ ਭਾਬੀ, ਮੇਰਾ ਘਰ ਵਸਾਉਣ 'ਚ ਨਾ ਸਭ ਤੋਂ ਵੱਡਾ ਹੱਥ ਤੁਹਾਡਾ ਹੀ ਆ। ਇਹ ਤਾਂ ਭੈਣੇ ਸਾਡਾ ਫਰਜ਼ ਸੀ, ਕਿਉਂਕਿ ਤੂੰ ਇਸ ਘਰ ਦੀ ਧੀ ਆ। ਭੈਣੇ, ਆਹ ਫਰਜ਼ ਦਾ ਕੋਈ ਕੋਈ ਸਮਝਦਾ? ਧੰਨ ਆ ਤੂੰ, ਮੰਨ ਗਿਆ ਮੈਂ ਤੈਨੂੰ। ਉਹ ਇੰਨਾ ਤਾਂ ਕੋਈ ਆਪਣੀ ਸਗੀ ਭੈਣ ਦਾ ਨਹੀਂ ਕਰਦਾ ਜਿੰਨਾ ਤੁਸੀਂ ਆਪਣੀ ਨਣਦ ਦਾ ਕੀਤਾ। ਹਾਂ ਪੁੱਤ, ਇਹ ਗੱਲ ਤਾਂ 16 ਆਨੇ ਸੱਚ ਕਹੀ ਆ। ਪੁੱਤ, ਤੂੰ ਨਾ ਉਸ ਦਿਨ ਸਾਡੇ ਘਰੇ ਆਈ ਸੀ, ਮੈਂ ਤੈਨੂੰ ਕਿੰਨਾ ਬੁਰਾ ਭਲਾ ਕਿਹਾ, ਪਰ ਤੂੰ ਮੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਮੰਨਿਆ। ਮਾਸੀ ਜੀ, ਤੁਹਾਡੀਆਂ ਗੱਲਾਂ ਦਾ ਕੀ ਗੁੱਸਾ ਕਰਨਾ? ਉਹ ਤੁਸੀਂ ਸਾਡੇ ਆਪਣੇ ਹੋ, ਤੇ ਆਪਣਿਆਂ ਦੀਆਂ ਗੱਲਾਂ ਦਾ ਨਾ ਕਦੇ ਵੀ ਗੁੱਸਾ ਨਹੀਂ ਕਰੀਦਾ। ਮਾਸੀ ਜੀ, ਅਸੀਂ ਤਾਂ ਸਿਰਫ ਆਪਣੀ ਭੈਣ ਨੂੰ ਖੁਸ਼ ਦੇਖਣਾ ਚਾਹੁੰਦੇ ਹਾਂ। ਵੀਰੇ, ਜੇ ਤੁਹਾਡੇ ਵਰਗੇ ਭਰਾ ਭਰਜਾਈ ਹਰ ਘਰ 'ਚ ਹੋਣ ਨਾ, ਤਾਂ ਨਣਦ ਭਰਜਾਈ ਦਾ ਰਿਸ਼ਤਾ ਕਦੇ ਵੀ ਖਰਾਬ ਨਾ ਹੋਵੇ। ਨਾਲੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਕੋਈ ਧੀ ਦੁਖੀ ਹੋ ਕੇ ਆਪਣੇ ਪੇਕੇ ਆਉਂਦੀ ਆ, ਤਾਂ ਉਹਦੇ ਮਾਂ ਪਿਓ ਨੂੰ, ਉਹਦੇ ਭਰਾ ਭਰਜਾਈ ਨੂੰ ਉਹਦਾ ਦੁੱਖ ਵੰਡਾਉਣਾ ਚਾਹੀਦਾ, ਜਿਵੇਂ ਕਿ ਮੇਰਿਆਂ ਨੇ ਵੰਡਾਇਆ। ਸਤਿ ਸ਼੍ਰੀ ਅਕਾਲ ਜੀ,
ਸੋ ਜੀ ਅੱਜ ਤੁਸੀਂ ਕਰਮਾ ਮਾਰੀ ਦਾ 10ਵਾਂ ਜਾਣੀ ਕਿ ਲਾਸਟ ਐਪੀਸੋਡ ਦੇਖਿਆ ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਐਪੀਸੋਡ ਬਹੁਤ ਪਸੰਦ ਆਇਆ ਹੋਣਾ। ਤੁਸੀਂ ਜਿੰਨੇ ਵੀ ਐਪੀਸੋਡ ਅਸੀਂ ਦਿਖਾਏ ਨੇ ਸਭ ਨੂੰ ਬਹੁਤ ਐਪਰੀਸ਼ੀਏਟ ਕੀਤਾ ਹੈ ਜੀ, ਇਸ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਸਾਡੇ ਟੀਮ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੀ ਪਰਫੋਰਮੈਂਸ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੈ ਜੀ। ਸੋ ਆਪਾਂ ਹੁਣ ਇੱਕ ਨਵੀਂ ਸੀਰੀਜ਼ ਲੈ ਕੇ ਆਵਾਂਗੇ, ਇੱਕ ਨਵਾਂ ਕੰਟੈਂਟ ਲੈ ਕੇ ਆਵਾਂਗੇ, ਵਧੀਆ ਲੈ ਕੇ ਆਵਾਂਗੇ। ਉਮੀਦ ਆ ਤੁਹਾਨੂੰ ਉਹ ਵੀ ਬਹੁਤ ਪਸੰਦ ਆਊਗਾ ਜੀ। ਸੋ ਮਿਲਦੇ ਹਾਂ ਆਪਾਂ ਨੈਕਸਟ ਸੀਰੀਜ਼, ਸਤਿ ਸ਼੍ਰੀ ਅਕਾਲ।